ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਜਦੋਂ ਲੁਧਿਆਣਾ ਵਿਖੇ ਜੰਗ ਸਪੋਰਟਸ ਕਲੱਬ ਜਮਾਲਪੁਰ ਵੱਲੋਂ ਕਰਵਾਇਆ ਗਿਆ ਪਹਿਲਾ ਕਬੱਡੀ ਟੂਰਨਾਮੈਂਟ, ਫਿਰ ਖਿੱਦਾਂ ਪਈਆਂ ਧਮਾਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ, ਲੁਧਿਆਣਾ ਵਿਖੇ ਜੰਗ ਸਪੋਰਟਸ ਕਲੱਬ ਜਮਾਲਪੁਰ ਵੱਲੋਂ ਪਹਿਲਾ ਕਬੱਡੀ ਟੂਰਨਾਮੈਂਟ ਕੁਲੀਆਵਾਲ ਦੇ ਗਰਾਊਂਡ ਵਿੱਚ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਆਏ ਹੋਏ ਖਿਡਾਰੀਆਂ ਵੱਲੋਂ ਆਪਣੇ ਜੌਹਰ ਦਿਖਾਏ ਗਏ। ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕੌਂਸਲਰ ਪਾਲ ਸਿੰਘ ਗਰਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਨਸ਼ਿਆਂ ਤੋਂ ਦੂਰ ਕੀਤਾ ਜਾਵੇ। ਜੰਗ ਸਪੋਰਟਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਮਾਛੀਵਾੜਾ ਨੇ ਕਿਹਾ ਕਿ ਕਬੱਡੀ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਨਸ਼ਾ ਕਰਨਾ ਹੀ ਹੈ ਤਾਂ ਕਬੱਡੀ ਦਾ ਨਸ਼ਾ ਕਰੋ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਸੰਭਾਲਿਆ ਜਾ ਸਕੇ। ਜਿਹੜੀ ਕਬੱਡੀ ਦੀ ਗੇਮ ਆ, ਮੈਂ 2 ਸਾਲ ਪਹਿਲਾਂ ਇੱਥੇ ਕਰਵਾਈ ਸੀ ਅਤੇ ਬਹੁਤ ਹੀ ਵਧੀਆ ਜਿਹੜੇ ਨਵੇਂ ਬੱਚੇ ਜਨਰੇਸ਼ਨ ਤਿਆਰ ਹੋਈ ਹੈ, ਅਸੀਂ ਉਹਨਾਂ ਨੂੰ ਵਧੀਆ ਖਿਡਾ ਕੇ ਆਪਣੇ ਗਰਾਊਂਡਾਂ ਦੇ ਵਿੱਚ ਅਤੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹ ਖੇਡਣ, ਉਹਨਾਂ ਨੂੰ ਉਤਸ਼ਾਹੀ ਕਰਨ ਲਈ ਪਹਿਲਾ ਨਾਮ ਆ ਮੇਰੇ ਵੱਲੋਂ ਦਿੱਤਾ ਗਿਆ ਅਤੇ ਬੱਚਿਆਂ ਦੇ ਹਮੇਸ਼ਾ ਹੀ ਸਿਰ ਮੇਰੇ ਕੋਲ ਹੱਕ ਹੈ, ਜੇ ਲੋੜ ਹੋਊਗੀ ਸੰਬੰਧ ਦੇ ਵਿੱਚ ਉਹਨਾਂ ਨੂੰ ਹਰ ਜਗ੍ਹਾ ਨਵੀਂ ਜਨਰੇਸ਼ਨ ਉੱਠਦੀ ਹੈ। ਅੱਜ ਕੱਲ੍ਹ ਇਹ ਨਸ਼ਿਆਂ ਦੇ ਬਹੁਤ ਪ੍ਰਭਾਵ ਪੈ ਰਹੇ ਹਨ, ਜੇ ਉਹ ਬੱਚਿਆਂ ਨੂੰ ਨਸ਼ਿਆਂ ਦੇ ਪਾਸੇ ਤੋੜ ਕੇ ਕਿਸੇ ਹੋਰ ਗੇਮ 'ਚ ਲਾਇਆ ਜਾਊਗਾ, ਕੋਈ ਵੀ ਖੇਡ ਲਾ ਲਓ, ਜਿਹਦੇ ਘਰ ਪੈਸੇ ਪੁੱਜਣ ਲੱਗ ਗਏ ਉਹ ਬੰਦਾ ਕਿਹੜੇ ਨਸ਼ੇ ਨਹੀਂ ਕਰਦਾ, ਜਦੋਂ ਕਿਸੇ ਨੂੰ ਕੋਈ ਕੰਮ ਨਹੀਂ ਖੇਡ 'ਚ ਪਿਆਰ ਨਹੀਂ ਮਿਲਣਾ ਉਹਨੂੰ ਨਸ਼ਿਆਂ ਵੱਲ ਜਾਣ ਨਹੀਂ ਜਾਣਾ। ਜਿਹੜੀ ਖੇਡ ਆ ਨਾ, ਇਹ ਇੱਕ ਨਸ਼ਾ ਬਹੁਤ ਵੱਡਾ, ਇਹ ਕਰਨ ਵਾਲੇ ਨੂੰ ਮਿਲਦਾ ਵਾ ਜਿਹੜੇ ਉਹਦਾ ਨਜ਼ਾਰਾ ਘੱਟੀ ਹੁੰਦੀ ਘੱਟੀ ਹੁੰਦੀ। ਕਬੱਡੀ ਦਾ ਜੋ ਮੈਚ ਹੈ, ਪਹਿਲੀ ਵਾਰੀ ਇਸ ਇਲਾਕੇ ਦੇ ਜਿਹੜੇ ਖਿਡਾਰੀ ਨੇ ਔਰ ਜਿਹੜੇ ਇਹਨਾਂ ਨੇ ਪਹਿਲੀ ਵਾਰੀ ਸ਼ੁਰੂ ਕੀਤਾ ਔਰ ਬਹੁਤ ਵਧੀਆ ਗੱਲ ਹੈ ਕਿ ਜੋ ਖਿਡਾਰੀ ਨੇ ਉਹਨਾਂ ਦਾ ਹੌਸਲਾ ਅਫਜ਼ਾਈ ਤਾਂ ਹੀ ਹੁੰਦਾ ਜਦੋਂ ਟੂਰਨਾਮੈਂਟ ਹੁੰਦੇ ਰਹਿਣ ਔਰ ਇਹਨਾਂ ਟੂਰਨਾਮੈਂਟ ਦੇ ਵਿੱਚ ਇੱਕ ਦੂਸਰੇ ਨਾਲ ਕੰਪੀਟੀਸ਼ਨ ਦਾ ਜਜ਼ਬਾ ਹੁੰਦਾ ਔਰ ਜਿਹੜੀ ਖੇਡ ਆਪਣੇ ਮੁਕਾਬਲੇ ਦੀ ਜਜ਼ਬਾ ਹੀ ਹੈ। ਇਸ ਕਰਕੇ ਇਹ ਜੋ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਔਰ ਇਲਾਕੇ ਦੇ ਵਿੱਚ ਜੋ ਇਹਨਾਂ ਨੇ ਆਪਣਾ ਇਹ ਟੂਰਨਾਮੈਂਟ ਰੱਖਿਆ, ਮੈਂ ਉਮੀਦ ਰੱਖਦਾ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਣਗੇ ਔਰ ਇਸ ਗਰਾਊਂਡ ਵਿੱਚ ਸਾਡੀ ਜੋ ਕੁਲੀਵਾਲ ਦੀ ਹੈਗੀ ਆ ਕਲੱਬ ਔਰ ਉਹਨਾਂ ਦੀ ਜੋ ਵੀ ਐਸੋਸੀਏਸ਼ਨ ਹੈਗੀ ਆ ਉਹਨਾਂ ਵੱਲੋਂ ਹਰ ਸਾਲ ਮੈਚ ਇਹ ਕਰਵਾਏ ਜਾਂਦੇ ਨੇ ਔਰ ਮੇਰਾ ਇਹਨਾਂ ਨੇ ਵਾਅਦਾ ਕੀਤਾ ਕਿ ਅਗਲੀ ਵਾਰੀ ਜੋ ਵੀ ਮੈਚ ਹੋਏਗਾ ਉਹ ਪਿੰਡ ਕੁਲੀਵਾਲ ਦੀ ਜੋ ਕਲੱਬ ਹੈ ਉਹਦੇ ਨਾਲ ਮਿਲ ਕੇ ਉਹ ਅੱਗੋਂ ਵਾਸਤੇ ਇਹ ਟੂਰਨਾਮੈਂਟ ਕਰਨਗੇ। ਬਹੁਤ ਖੁਸ਼ੀ ਹੈ ਔਰ ਇਸ ਨਾਲ ਜੋ ਖਿਡਾਰੀਆਂ ਨੂੰ ਬੜਾਵਾ ਮਿਲਦਾ ਔਰ ਜੋ ਨਸ਼ਿਆਂ ਦਾ ਕੰਮ ਹੈ ਉਹ ਵੀ ਘੱਟਦਾ ਕਿਉਂਕਿ ਜਿਹੜਾ ਖਿਡਾਰੀ ਹੈ ਉਹਦੀ ਜਿਹੜੀ ਰੁਚੀ ਹੈ ਉਹ ਖੇਡਾਂ ਵੱਲ ਲੱਗਦੀ। ਮਕਸਦ ਹੈ ਜੀ, ਅਸੀਂ ਜਿਹੜੇ ਪੰਜਾਬ 'ਚ ਕਹਿੰਦੇ ਨਸ਼ਾ ਚੱਲਦਾ ਹੀ ਨਸ਼ਾ ਚੱਲਦਾ, ਅਸੀਂ ਟੂਰਨਾਮੈਂਟ ਕਰਾ ਕੇ ਇਹ ਦਿਖਾਉਣਾ ਚਾਹੁੰਦੇ ਹਾਂ ਵੀ ਪੰਜਾਬ 'ਚ ਨਸ਼ਾ ਕੋਈ ਨਹੀਂ, ਨਸ਼ਿਆਂ ਦਾ ਦੂਰ ਕਰਨ ਲੱਗੇ ਹਾਂ ਜੀ ਅਸੀਂ। ਅਸੀਂ ਕਹਿੰਦੇ ਹਾਂ ਜੀ ਖੇਡ ਵੀ ਇੱਕ ਨਸ਼ਾ ਜੀ, ਬਾਕੀ ਨਸ਼ੇ ਛੱਡ ਗਏ ਆਪਾਂ, ਜੇ ਖੇਡਾਂ ਵੱਲ ਲੱਗਦੀ ਇਹ ਵੀ ਇੱਕ ਨਸ਼ਾ, ਜੇ ਆਪਾਂ ਇਹੀ ਨਸ਼ਾ ਕਰ ਲਈਏ ਵੀ ਬਹੁਤ ਆ ਜੀ ਆਪਾਂ। ਜੀ ਹਾਂ ਗੁਰੂ ਪਿਆਰਿਓ, ਬੇਸ਼ੱਕ ਕਬੱਡੀ ਦਾ ਨਸ਼ਾ ਹੋਵੇ ਜਾਂ ਖੁਮਾਰੀ ਬਾਣੀ ਦੀ, ਜੇਕਰ ਨਸ਼ਾ ਕਰਨਾ ਹੀ ਹੈ ਤਾਂ ਅਜਿਹਾ ਨਸ਼ਾ ਕਰੋ ਜਿਸ ਦੇ ਨਾਲ ਆਤਮਾ ਵੀ ਤ੍ਰਿਪਤ ਹੋਵੇ ਅਤੇ
ਸੂਬੇ ਦਾ ਇਲਾਕੇ ਦਾ ਮਾਪਿਆਂ ਦਾ ਨਾਮ ਵੀ ਰੋਸ਼ਨ ਹੋਵੇ, ਨਾ ਕਿ ਅਸੀਂ ਅਜਿਹਾ ਨਸ਼ਾ ਕਰੀਏ ਜਿਸ ਦੇ ਨਾਲ ਪੈਸੇ ਦੀ ਵੀ ਬਰਬਾਦੀ ਹੋਵੇ ਤੇ ਪਰਿਵਾਰ ਵੀ ਉੱਜੜਦੇ ਹੋਣ। ਇਸ ਲਈ ਅਜਿਹੇ ਕਲੱਬ ਵਧਾਈ ਦੇ ਪਾਤਰ ਨੇ ਜੋ ਅਜਿਹੇ ਟੂਰਨਾਮੈਂਟ ਸਮੇਂ ਸਮੇਂ ਸਿਰ ਆਯੋਜਿਤ ਕਰਦੇ ਨੇ ਤੇ ਹਰ ਹਲਕੇ ਦੇ ਵਿੱਚ ਹਰ ਸੂਬੇ ਦੇ ਵਿੱਚ ਅਜਿਹੇ ਟੂਰਨਾਮੈਂਟ ਲਗਾਤਾਰ ਸਮੇਂ ਸਮੇਂ ਤੇ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਜੋ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾਵੇ ਅਤੇ ਨਸ਼ਿਆਂ ਤੋਂ ਤੋੜਿਆ ਜਾਵੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀਆਂ ਖੰਡ ਮਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ।